ਕਾਫੀ ਦੋਸਤ ਕਹਿੰਦੇ ਆ ਕਿ ਆਸਫ ਭਾਈ ਕ੍ਰਾਸ ਕਬੂਤਰਾਂ ਦਾ ਕਿੱਦਾਂ ਪਤਾ ਲੱਗਦਾ, ਪਿਓਰ ਦਾ ਕਿੱਦਾਂ ਪਤਾ ਲੱਗਦਾ। ਮੇਰੀ ਜਾਨ ਐਸ ਕਬੂਤਰ ਚੈੱਕ ਕਰ ਲਓ, ਚਿੱਟਾ ਸਫੈਦ ਕਾਲ ਨੌਕਾ ਚਿੱਟੀ ਅੱਖ ਦੇ ਵਿੱਚ, ਅਤੇ ਇਹ ਮਾਦਾ ਬੈਠੀ ਹੈ, ਚਿੱਟੀਆਂ ਅੱਖਾਂ, ਚਿੱਟੇ ਚੁੰਝ, ਚਿੱਟੇ ਨਾਖਨ, ਠੀਕ ਹੈ। ਇਹ ਪਿਓਰ ਹਾਈ ਫਲਾਇਰ ਨੇ। ਅੱਛਾ, ਮੈਂ ਤੁਹਾਨੂੰ ਲੋਅ ਫਲਾਇਰ ਦੱਸਾਂ। ਹੁਣ ਇਹ ਦੇਖ ਰਹੇ ਹੋ ਤੁਸੀਂ ਚੱਪੜੇ, ਇਹ ਦੇਖ ਰਹੇ ਹੋ ਇੱਕ, ਇਹ ਦੇਖ ਰਹੇ ਹੋ, ਠੀਕ ਹੈ, ਇਹ ਮਸਤੀ ਕਰ ਰਿਹਾ, ਇਹ ਦੇਖ ਰਿਹਾ। ਇਹ ਪਿਓਰ ਜਿਹੜਾ ਨਾ ਲੋਅ ਫਲਾਇਰ ਆ, ਇਹ ਬਲਕਿ ਇੱਕ ਕ੍ਰਾਸ ਇਹਦੇ ਵਿੱਚ ਆ ਗਿਆ, ਇਹ ਪਿਓਰ ਲੋਅ ਫਲਾਇਰ ਨੇ। ਅਤੇ ਮੇਰੀ ਜਾਨ, ਅੱਜ ਕੱਲ੍ਹ ਜਿਹੜਾ ਦੌਰ ਚੱਲ ਪਿਆ ਨਾ, ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਕਿ ਪਰਿੰਦਾ ਕਿੱਥੋਂ ਕਿੱਥੋਂ ਕ੍ਰਾਸ ਹੋ ਕੇ ਕਿੱਥੇ ਕਿੱਥੇ ਪਹੁੰਚਿਆ ਹੋਇਆ। ਅੱਜ ਕੱਲ੍ਹ ਪਰਿੰਦੇ ਦੀ ਤੁਸੀਂ ਕਸਮ ਨਹੀਂ ਦੇ ਸਕਦੇ ਨਾ, ਠੀਕ ਹੈ। ਅਤੇ ਕਾਫੀ ਦੋਸਤ ਆਪਣੇ ਕੋਲੋਂ ਪਰਿੰਦੇ ਲੈਂਦੇ ਨੇ, ਠੀਕ ਹੈ। ਅਤੇ ਮੇਰਾ ਕੋਈ ਸੇਲ ਐਂਡ ਪਰਚੇਜ ਦਾ ਕੋ ਜਿਹੜਾ ਨਾ ਜੈਨੂਅਨ ਕੋ ਖਾਂਦਾ ਨਹੀਂ, ਕੰਮ ਨਹੀਂ ਹੈਗਾ। ਆਪਣੇ ਕੋਲ ਉੱਡੇ ਉਡਾਏ, ਠੀਕ ਹੈ, ਬੱਚੇ ਕਬੂਤਰ ਵੱਡੇ ਛੋਟੇ ਹੁੰਦੇ ਨੇ, ਕਾਫੀ ਦੋਸਤ ਲੈਂਦੇ ਨੇ ਸਾਡੇ ਇਤਮਾਦ 'ਤੇ। ਬਲਕਿ ਕਾਫੀਆਂ ਦੇ ਉੱਤੇ ਐਡਵਾਂਸ ਆਏ ਹੁੰਦੇ ਆ ਕਿ ਆਸਫ ਭਾਈ ਸਾਨੂੰ ਫਲਾਂ ਬਰੀਡ ਦੇ ਵਿੱਚੋਂ ਜਿਹੜਾ ਨਾ ਬੱਚੇ ਨਿਕਲਣ 'ਤੇ ਸਾਨੂੰ ਦੇਣੇ ਨੇ, ਠੀਕ ਹੈ। ਜਿਸ ਤਰ੍ਹਾਂ ਹੀਰ ਰਾਂਝਾ ਹੋ ਗਿਆ, ਕਿੰਗ ਕੋਬਰਾ ਹੋ ਗਿਆ, ਘੋੜਾ ਬਰੀਡ ਹੋ ਗਈ ਆ। ਕਾਫੀਆਂ ਦੇ ਇਤਰਾਜ਼ ਵੀ ਆਉਂਦੇ ਆ, ਕਬੂਤਰ ਲੈ ਲੈਂਦੇ ਆ, ਮਤਲਬ ਫੁੱਲ ਹਾਈ ਟੈਂਪਰੇਚਰ ਦੇ ਵਿੱਚੋਂ ਲੈ ਕੇ ਜਦੋਂ ਉੱਥੇ ਉਡਾਉਂਦੇ, ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ। ਉਹਨਾਂ ਦੀ ਸਾਂਭ ਸੰਭਾਲ ਲਾ ਲਓ, ਜਾਂ ਡੀਹਾਈਡਰੇਸ਼ਨ ਜ਼ਿਆਦਾ, ਜਾਂ ਬਹੁਤ ਜ਼ਿਆਦਾ ਹਿਊਮਿਡਿਟੀ ਦੀ ਵਜ੍ਹਾ ਦੇ ਨਾਲ ਕਬੂਤਰ ਨਹੀਂ ਉੱਡਦਾ ਹੁੰਦਾ। ਜਿਵੇਂ ਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਉੱਡਣ ਵਾਲਾ ਕਬੂਤਰ ਨਹੀਂ ਹੁੰਦਾ ਉੱਡਦਾ, ਕੁੰਦੇ ਸਜਾ ਜਾਂਦਾ, ਪਾਣੀ ਜਿਸਮ ਵਿੱਚ ਲਾ ਲੈਂਦਾ, ਘਰੋਂ ਬਾਹਰ ਗਿਰ ਜਾਂਦਾ, ਜਾਂ ਸ਼ਾਰਟ ਹੋ ਜਾਂਦਾ, ਅਤੇ ਉਹ ਇਲਜ਼ਾਮ ਲੱਗ ਜਾਂਦਾ ਵਾ ਦੇਣ ਵਾਲੇ 'ਤੇ। ਅਤੇ ਇਹ ਚੀਜ਼ਾਂ ਮੇਰੀ ਜਾਨ ਕੌਣ ਚਾਹੁੰਦਾ ਵਾ ਅੱਜ ਦੇ ਦੌਰ 'ਚ ਕਿ ਅਸੀਂ ਮਾੜੇ ਕਬੂਤਰ ਨੂੰ ਦਾਣਾ ਪਾਈਏ, ਅਤੇ ਕਿਹੜਾ ਦੋਸਤ ਕਹਿੰਦਾ ਵਾ ਕਿ ਸਾਡੀ ਜਿਹੜੀ ਹੈ ਬੇਇੱਜ਼ਤੀ ਹੋਵੇ। ਕਾਫੀ ਦੋਸਤਾਂ ਕੋਲੋਂ ਕਬੂਤਰ ਵਾਪਸ ਲਏ ਨੇ, ਲੇਕਿਨ ਉਹ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਨਾ ਸ਼ੌਕ ਨੂੰ ਸਮਝਣ, ਠੀਕ ਹੈ। ਸਭ ਤੋਂ ਅੱਛੀ ਚੀਜ਼ ਹੁੰਦੀ ਹੈ ਕਿ ਤੁਸੀਂ ਬਰੀਡਰ ਜੋੜਾ ਲਵੋ, ਉਹਦੇ ਬੱਚੇ ਕਢਾ ਕੇ ਆਪਣੇ ਇਲਾਕੇ ਦੇ ਵਿੱਚ ਅੜਾਵੋ। ਇੱਥੋਂ ਅਸੀਂ ਮੋਹਰਾਂ ਲੱਗੇ ਹੋਏ ਉੜੇ ਅੜਾਏ ਭੇਜ ਦਈਏ, ਤੁਹਾਡੇ ਜਾ ਕੇ ਉੱਥੇ ਇੱਕ ਗੇੜਾ ਵੀ ਨਾ ਕੱਢਣ। ਫਿਰ ਦੋਸਤ ਕਹਿੰਦੇ ਆ ਕਿ ਯਾਰ ਇੰਨਾ ਇਹਨਾਂ ਦਾ ਨਾਮ ਹੈ ਅਤੇ ਸਾਡਾ ਇਨਸਾਨਿਆਂ ਨੂੰ ਇਹਨਾਂ ਨੇ ਲੁੱਟ ਲਿਆ, ਫਰਾਡ ਕਰ ਲਿਆ। ਹਾਲਾਂਕਿ ਰੱਬ ਤਾਲਾ ਦਾ ਕਰਮ ਹੈ, ਆਪਣਾ ਮੁਰਗੀ ਫਾਰਮ ਹੈ, ਡੇਰੀ ਫਾਰਮ ਹੈ, ਪਿਜਨ ਫਾਰਮ ਹੈ, ਜ਼ਿੰਮੇਦਾਰ ਹੈ। ਹੁਣ ਅਲਹਮਦੁਲਿਲਾ ਆਪਾਂ ਭੱਠਾ ਵੀ ਲਾਇਆ, ਸਾਡੇ ਸਾਰੇ ਦੋਸਤਾਂ ਦੀ ਵਜ੍ਹਾ ਨਾਲ ਬ੍ਰਿਕਸ ਕੰਪਨੀ ਬਣਾਈ ਆ, ਠੀਕ ਹੈ ਨਾ। ਅਤੇ ਕਿਸੇ ਚੀਜ਼ ਦੀ ਕੋਈ ਮਤਲਬ ਪਰੇਸ਼ਾਨੀ ਨਹੀਂ ਹੈਗੀ। ਅੱਲਾਹ ਤਾਲਾ ਨੇ ਔਲਾਦ ਨਰੀਨਾ ਤੋਂ ਦਿੱਤਾ, ਸਾਲੇ ਔਲਾਦ ਦਿੱਤੀ ਹੈ ਅਲਹਮਦੁਲਿਲਾ। ਅੱਲਾਹ ਤਾਲਾ ਦੀ ਜ਼ਾਤ ਤੋਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਚੜ੍ਹਦੀ ਉਮਰ 'ਚ ਅੱਲਾਹ ਤਾਲਾ ਨੇ ਹਰ ਚੀਜ਼ ਦਿੱਤੀ ਹੈ, ਠੀਕ ਹੈ। ਸੋ ਯਾਰ, ਟਰਾਈ ਟੂ ਅੰਡਰਸਟੈਂਡ, ਜਿਹੜੇ ਦੋਸਤ ਪਰਿੰਦੇ ਲੈਂਦੇ ਹੁੰਦੇ ਆ ਉਹ ਆਪਣੀ ਪਸੰਦ ਦੇ ਲੈਂਦੇ ਆ, ਔਰ ਮੇਰੀ ਪਸੰਦ ਦੇ ਲੈਣ ਜਾਂ ਆਪਣੀ ਪਸੰਦ ਦੇ ਲੈਣ, ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਕਰਨ। ਅਤੇ ਬਾਕੀ ਲਵ ਯੂ, ਅਗਰ ਕਿਸੇ ਦੋਸਤ ਨੂੰ ਇਹਨਾਂ ਦੇ ਵਿੱਚੋਂ ਵੀ ਪਸੰਦ ਹੈ, ਲੋਅ ਫਲਾਇਰ, ਹਾਈ ਫਲਾਇਰ, ਬੱਚੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਚਾਹੀਦਾ, ਅਤੇ ਉਹ ਪਸੰਦ ਕਰ ਸਕਦੇ ਨੇ, ਇਹਨਾਂ 'ਚ ਮੇਰੀ ਜ਼ਿੰਮੇਦਾਰੀ ਆ, ਠੀਕ ਹੈ ਨਾ। ਲੇਕਿਨ ਗੱਲ ਇਹ ਹੈ, ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਆਪਣੇ ਪਰਿੰਦਿਆਂ ਦੇ ਨਾਲ ਖੁਦ ਉਹ ਜ਼ੁਲਮ ਔਰ ਪਰੇਸ਼ਾਨੀ ਤੋਂ ਬਚਿਆ ਕਰੋ। ਇੱਕ ਪਰਿੰਦਾ ਹੈ ਤੁਹਾਨੂੰ ਪਸੰਦ ਆ ਜਾਂਦਾ, ਅਤੇ ਇੱਕ ਤੁਹਾਡਾ ਦੋਸਤ ਉਹ ਕਹਿੰਦਾ ਨਹੀਂ ਨਹੀਂ ਇਹ ਨਹੀਂ ਠੀਕ, ਤੂੰ ਤਾਂ ਲੁੱਟ ਹੋ ਗਿਆ, ਤੂੰ ਫਰਾਡ ਹੋ ਗਿਆ। ਦੇਖੋ ਨਾ, ਤੁਹਾਡਾ ਸ਼ੌਕ ਹੈ, ਤੁਹਾਨੂੰ ਪਤਾ ਹੈ ਤੁਸੀਂ ਮਾੜਾ ਕਰ ਰਹੇ ਹੋ, ਤੁਸੀਂ ਜੋ ਪੈਸੇ ਭਰ ਰਹੇ ਹੋ, ਫਿਰ ਕੌਨਫੀਡੈਂਸ 'ਚ ਰਿਹਾ ਕਰੋ। ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ, ਪੂਰੀ ਦੁਨੀਆ 'ਚੋਂ ਪਿਆਰ ਮੁਹੱਬਤ ਮਿਲ ਰਿਹਾ। ਦੋ ਚਾਰ ਬੰਦਿਆਂ ਦੇ ਗਲਤ ਕਮੈਂਟ ਕਰਨਾ ਜਾਂ ਗਲਤ ਕਹਿਣ ਦੇ ਨਾਲ ਅਸੀਂ ਗਲਤ ਹੋ ਨਹੀਂ ਜਾਂਦੇ, ਅਸੀਂ ਅਲਹਮਦੁਲਿਲਾ ਪੋਜ਼ਿਟਿਵਿਟੀ ਨਹੀਂ ਛੱਡੀ ਦੀ। ਬਾਕੀ ਸਾਰੇ ਦੋਸਤਾਂ ਨੂੰ ਲਵ ਯੂ, ਸਲਾਮਤ ਰਹੋ, ਅਤੇ ਵੀਡੀਓ ਨੂੰ ਲਾਜ਼ਮੀ ਰੀਪੋਸਟ ਕਰਿਆ ਕਰੋ। ਜਿਨ੍ਹਾਂ ਦੋਸਤਾਂ ਨੂੰ ਮੇਰਾ ਨੰਬਰ ਚਾਹੀਦਾ ਉਹ ਨੋਟ ਕਰ ਲੈਣ, 0301 71 81 613।
+92 3017181613। ਤੇ ਅਗਰ ਫਿਰ ਵੀ ਸਮਝ ਨਾ ਆਵੇ ਯੂਟਿਊਬ ਚੈਨਲ ਦੇ ਪ੍ਰੋਫਾਈਲ ਖੋਲ ਕੇ ਮੇਰੀ ਫੋਟੋ ਦੇਖ ਲਿਓ, ਉਸ ਤੇ ਨੰਬਰ ਲੱਗਿਆ। ਆਈ ਲਵ ਯੂ। ਜ਼ਿੰਦਗੀ ਕੋਲੋਂ ਕੀ ਸਬਕ ਸਿੱਖਿਆ ਤੁਸੀਂ? ਮੇਰੀ ਜਾਨ, ਜ਼ਿੰਦਗੀ ਹਰ ਲਮ੍ਹਾ ਹਰ ਮਿੰਟ ਸੈਕਿੰਡ ਇਨਸਾਨ ਸਿੱਖਦਾ ਹੀ ਆ, ਲੇਕਿਨ ਜਿਹੜੀ ਚੀਜ਼ ਮੇਰੀ ਸਮਝ ਆਈ ਆ ਨਾ, ਰੱਬ ਤਾਲਾ ਦੀ ਜ਼ਾਤ ਜਿਸ ਬੰਦੇ ਨੂੰ ਜਿਹੜੀ ਜਗ੍ਹਾ ਰੱਖਦਾ ਨਾ, ਉਹ ਸਹੀ ਰੱਖਦਾ। ਅਸੀਂ ਭੁੱਲ ਚੁੱਕ ਦੇ ਵਿੱਚ ਨਾ ਸਖਾਵਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਅਸੀਂ, ਆਪਣੀ ਮੁਖਲਸੀ ਪ੍ਰੂਵ ਕਰਦੇ ਕਰਦੇ ਉੱਤੋਂ ਥੱਲੋਂ ਚਿੱਟੇ ਕਰਾ ਲੈਂਦੇ ਹਾਂ, ਲੇਕਿਨ ਅਗਲਾ ਬੰਦਾ ਫਿਰ ਇੱਕ ਤੁਹਾਡੀ ਛੋਟੀ ਜਿਹੀ ਮਿਸਟੇਕ ਦੀ ਵਜ੍ਹਾ ਨਾਲ ਤੁਹਾਨੂੰ ਬਲੈਕਲਿਸਟ ਕਰ ਦਿੰਦਾ ਔਰ ਕਹਿੰਦਾ ਕਿ ਯਾਰ ਇਹ ਬੰਦਾ ਕਿਸੇ ਖਾਤੇ ਦਾ ਨਹੀਂ। ਲਵ ਯੂ। ਐਗਰੀ ਕਰਦੇ ਹੋ ਤਾਂ ਜ਼ਰੂਰ ਦੋਸਤਾਂ ਨੇ ਕਮੈਂਟ ਕਰਕੇ ਦੱਸਣਾ। ਕੋਈ ਵੀ ਸ਼ੌਕ ਹੈ, ਕੋਈ ਵੀ ਕਾਰੋਬਾਰ ਹੈ, ਆਪਣਾ ਮਹਿਦੂਦ ਰੱਖੋ ਸਿਸਟਮ, ਆਪਣੀ ਬਾਉਂਡਰੀਜ਼ ਬਣਾ ਲਓ। ਹਰ ਕਿਸੇ ਨੂੰ ਐਵੇਂ ਫ੍ਰੀ ਵਿੱਚ ਅਵੇਲੇਬਲ ਨਾ ਹੋ ਜਾਇਆ ਕਰੇ, ਕੋਈ ਇੱਕ ਕਾਲ ਕਰਦੇ ਤਾਂ ਯੈਸ ਸਰ ਨਾ ਕਹਿਣ ਲੱਗ ਪਿਆ ਕਰੋ। ਇਹ ਚੀਜ਼ਾਂ ਫਿਰ ਆਹਿਸਤਾ ਆਹਿਸਤਾ ਜਿਹੜੀਆਂ ਨਾ ਦੁੱਖ ਦੇਣ ਲੱਗ ਪੈਂਦੀਆਂ ਨੇ। ਥੈਂਕ ਯੂ।
ਚੈੱਕ ਕਰੋ ਮੇਰੀ ਜਾਨ ਸ਼ਿਕਾਰ ਲੱਗਿਆ ਹੱਥ 'ਚ। ਐ ਤੇਰੀ ਖੈਰ, ਤੇ ਮੱਲੀ ਵੀ ਫੜੀ ਅੱਜ ਕੋਈ ਨੀ? ਮੱਲੀ ਉੱਤੇ ਛੁੱਟ ਗਈ ਹੈ। ਸੁਨੈਣ ਬਿਰਾਈ ਆ ਗਿਆ ਸਾਡੇ ਰੱਲੇ, ਪਾਪਾ ਬਿਰਾਈ ਆ ਗਿਆ, ਪਾਪਾ ਸਿੰਘਾਨੀਆ ਵਿਕਰਮ ਉਬਰਾਏ, ਹਮ ਪਾਕਿਸਤਾਨੀ ਆਰਮੀ ਵਾਲੇ ਮੁਹੱਬਤੋਂ ਕੋ ਫਿਰੋਗ ਦੇਤੇ ਹੈ। ਵਾਟ ਡੂ ਯੂ ਸੇ ਅਬਾਊਟ ਦੈਟ? ਆਈ ਹੋਪ ਯੂ ਹੈਵ ਅੰਡਰਸਟੂਡ ਰਾਈਟਲੀ ਵਾਟ ਆਈ ਐਮ ਸੇਇੰਗ ਮਿਸਟਰ ਹਸਨੈਨ ਖਾਨ ਕਮਾਨੀ ਕਿਆਨੀ ਕਵੇਸ ਮੀਆਂ 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 ਕਵੇਸ ਅੰਤੋਲਾ ਮੀਆਂ ਮੀਆਂ ਕੁੱਲੋ ਨਫਰਾਤ ਮੀਆਂ ਮੀਆਂ ਇੰਜੋਏ ਕਰ ਰਹੇ ਹਾਂ, ਅਤੇ ਪਿੱਛੇ ਆਪਣੀ ਮੱਛੀ ਜਿਹੜੀ ਆ ਗੱਡੀ ਖੜੀ ਆ ਤਿਆਰ ਹੋ ਰਹੀ ਹੈ ਜੀ, ਅਤੇ ਬੰਦੇ ਲੱਗੇ ਹੋਏ ਆ ਤਿਆਰ ਕਰਨ, ਅਤੇ ਗ੍ਰੀਨਰੀ ਚੈੱਕ ਕਰੋ ਸਾਡੇ ਇਲਾਕੇ ਦੀ, ਦੁਰਪੁਰ ਨਹਿਰ ਆ ਨਾ, ਢਿੱਲਾ ਹੋ ਕੇ ਕਹਿ ਰਹੇ ਹਾਂ ਕੀ ਖੋਲੀ ਹੈ ਤੇਰੇ ਤੋਂ। ਕਬੂਤਰਬਾਜ਼ੀ ਜਾਂ ਦੁਨੀਆਂ ਦਾ ਕੋਈ ਵੀ ਸ਼ੌਕ ਜਿਸ ਦੇ ਵਿੱਚ ਤੁਸੀਂ ਆਪਣੇ ਦੋਸਤ ਦਾ ਸਾਥ ਦਿੰਦੇ ਹੋ ਔਰ 100% ਉਸ ਨਾਲ ਮੁਖਲਸ ਰਹਿੰਦੇ ਹੋ, ਅਤੇ ਇਸ ਦੇ ਬਾਵਜੂਦ ਤੁਹਾਨੂੰ ਇਹ ਲੱਗਦਾ ਕਿ ਉਹ ਬੰਦਾ ਸਾਨੂੰ ਰਿਸਪੈਕਟ ਔਰ ਵੈਲਿਊ ਨਹੀਂ ਦੇ ਰਿਹਾ ਔਰ ਸਾਨੂੰ ਟਿਸ਼ੂ ਪੇਪਰ ਦੀ ਤਰ੍ਹਾਂ ਯੂਜ਼ ਕਰਕੇ ਵਾਰ ਵਾਰ ਸੁੱਟ ਦਿੱਤਾ ਜਾਂਦਾ, ਅਤੇ ਫਿਰ ਤੁਹਾਡਾ ਹੱਕ ਬਣਦਾ ਤੁਸੀਂ ਰੁਕ ਜਾਓ, ਕਿਉਂਕਿ ਦੁਨੀਆ ਵਾਲਿਆਂ ਨੇ ਕਦੀ ਤੁਹਾਡਾ ਅਹਿਸਾਸ ਨਹੀਂ ਕਰਨਾ ਔਰ ਤੁਹਾਨੂੰ ਨਹੀਂ ਮੰਨਣਾ। ਸੋ ਆਪਣੀ ਬਾਉਂਡਰੀ ਬਣਾਓ ਔਰ ਖੁਸ਼ ਰਹੋ। ਲਵ ਜੀ। ਬਾਹਰ ਉੱਡਣ ਵਾਲੇ ਕਬੂਤਰਾਂ ਦੀ ਨਿਸ਼ਾਨੀ ਕੀ ਹੁੰਦੀ ਆ? ਮਤਲਬ ਕਹਿ ਰਿਹਾ ਮਿੱਠੇ ਕਬੂਤਰ ਜਿਨ੍ਹਾਂ ਦੇ ਵਿੱਚ ਜ਼ਿਆਦਾ ਅਕਲ ਹੁੰਦੀ ਆ। ਹਾਂਜੀ, ਇਹ ਮੇਰੀ ਜਾਨ ਆ ਪੱਠੀ ਆ ਆਪਣੀ ਇਸ ਸੀਜ਼ਨ ਦੀ, ਉੱਡੀ ਇਹ 4 ਪੁਆਇੰਟ ਸਿੱਧੇ ਛੱਡੀ ਆ ਤੇ 4 ਹੀ ਜਿੱਤੀ ਹੋਈ ਆ। ਇਹਦੇ ਮੈਂ ਤੈਨੂੰ ਪਰਾਂ ਦਾ ਵੀ ਸ਼ੌਕ ਕਰਾਉਂਦਾ, ਚੈੱਕ ਕਰ ਲਓ ਕਿਵੇਂ ਘਸੀ ਪਈ ਆ। ਜਿੱਥੇ ਕਿਸੇ ਦੋਸਤ ਨੇ ਕਿਹਾ ਨਾ ਕਿ ਚੰਗਾ ਪੁਆਇੰਟ ਆ, ਆਪਾਂ ਇਹ ਛੱਡੀ ਆ ਅਤੇ ਹੁਣ ਝਾੜੀ ਪਈ ਹੋਈ ਆ। ਇਹ 1 ਪੁਆਇੰਟ ਸਿੱਧਾ ਛੱਡੀ ਸੀ, ਇਹ ਦੋਨੇ ਮਾਸ਼ਾਅੱਲਾ ਹੁਣ ਪੱਠੀਆਂ ਬਣੀਆਂ। ਇਹਨਾਂ ਨੂੰ ਜਿਹੜਾ ਨਾ ਆਪਾਂ ਜੋੜੇ ਲਾਉਣਾ ਅੱਖਾਂ ਦਾ ਸ਼ੌਕ ਕਰਾ, ਅਤੇ ਜਿਹੜੇ ਕਬੂਤਰ ਤੁਸੀਂ ਸਿੱਧੇ ਛੱਡਣੇ ਆ ਨਾ, ਲੋ ਫਲਾਇਰ ਦੀ ਗੱਲ ਮੈਂ ਕਰ ਰਿਹਾ, ਉਹਨਾਂ ਦੇ ਐਂਡ ਵਾਲੇ 2 ਪਰ ਬਰਾਬਰ ਹੋਣ ਔਰ ਉੱਤੋਂ ਗੋਲ ਹੋਣ, ਜਿਵੇਂ ਇਹ ਨਾਖਨ ਦੀ ਲੋ ਆ ਮੇਰੇ ਦੀ ਨਾ, ਅਤੇ ਇਹ ਦੇਖ ਲਓ ਇਸਦੇ ਐਂਡ ਵਾਲੇ 2 ਪਰ ਬਿਲਕੁਲ ਬਰਾਬਰ, ਠੀਕ ਆ। ਇਹ ਘੱਸ ਗਏ ਉੜ ਉੜ ਕੇ ਵਿਚਾਰੇ, ਅਤੇ ਇਹ ਗਰਮੀ ਦੇ ਸ਼ਹਿਜ਼ਾਦੇ ਆ ਮੇਰੀ ਜਾਨ, ਗੱਲਾਂ ਨਾਲ ਖੜਾ ਨਹੀਂ ਬਣਦੇ, ਅਤੇ ਮੁਹੱਬਤਾਂ ਕਰਨੀਆਂ ਪੈਂਦੀਆਂ, ਮੁਖਲਸ ਰਹਿਣਾ ਪੈਂਦਾ। ਇਹ ਉਹ ਕਬੂਤਰਾਂ ਜਿਹੜੇ ਆਪਣੇ ਸ਼ਗਿਰਦਾਂ ਨੂੰ ਦੇ ਕੇ ਪੁਆਇੰਟਾਂ 'ਚ ਖੁਦ ਆਪਣੀਆਂ ਐਂਟਰੀਆਂ ਭਰ ਕੇ, ਦੋਸਤ ਕਹਿੰਦੇ ਆ ਨਾ ਵੀ ਐਂਟਰੀ ਵੀ ਖੁਦ ਭਰੀ ਦੀ, ਕਬੂਤਰ ਵੀ ਦੇਈਦੇ ਆ, ਫਿਰ ਰੱਬ ਤਾਲਾ ਜ਼ਿਆਦਾ ਇੱਜ਼ਤ ਦਿੰਦਾ। ਔਰ ਮੇਰੀ ਖਾਹਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਬੂਤਰ ਪੁਆਇੰਟ ਮਾਰੇ ਉਹਨਾਂ ਨੂੰ ਫਿਰ ਮਤਲਬ ਅਗਲੇ
ਸੀਜ਼ਨ ਲਈ ਜੋੜਿਆਂ 'ਚ ਪਾਓ ਉਹਨਾਂ ਦੇ ਬੱਚੇ, ਕਿਉਂਕਿ ਹਰ ਸਾਲ ਹਰ ਕਬੂਤਰ ਰਿਕਾਰਡ ਨਹੀਂ ਬਣਾਉਂਦਾ। ਨਸਲ ਜ਼ਰੂਰ ਜਿਹੜਾ ਸਾਂਭ ਕੇ ਰੱਖੋ, ਕਿਉਂਕਿ ਜਿਹੜੀ ਨਸਲ ਇਸ ਸੀਜ਼ਨ ਉੱਡ ਗਈ ਆ ਉਹ ਸਾਰੀ ਜ਼ਿੰਦਗੀ ਕਿਸੇ ਤੋਂ ਮਾਰ ਨਹੀਂ ਖਾਂਦੀ। ਐਗਰੀ ਕਰਦੇ ਹੋ ਤਾਂ ਕਮੈਂਟ ਕਰਕੇ ਲਾਜ਼ਮੀ ਦੋਸਤਾਂ ਨੂੰ ਦੱਸਣਾ, ਬਾਕੀ ਇਹਨਾਂ ਦੀ ਖਲੋਣੀ ਅਤੇ ਇਹਨਾਂ ਦਾ ਵੀ ਤੁਹਾਨੂੰ ਸ਼ੌਕ ਕਰਾਉਂਦੇ। ਆ ਜਾ ਵੀ ਜੋਰੀ ਹੱਥ ਚੈੱਕ ਕਰੋ ਫਿਰ ਮੇਰੀ ਜਾਨ, ਕਰੋ ਸ਼ੌਕ ਮਿੱਠਿਆਂ ਦਾ। ਖੜੀ ਆ ਜੀ, ਮਾਸ਼ਾਅੱਲਾ ਕਰ ਰਹੇ ਹੋ ਪੂਰਾ ਊਂਠ ਚੈੱਕ। ਐ ਤੇਰੀ ਖੈਰ, ਕਰੋ ਸ਼ੌਕ। ਕਹਿੰਦੇ ਆ ਅਸੀਂ ਕਾਰੋਬਾਰ ਕਰਦੇ ਹਾਂ ਤਾਂ ਸਾਨੂੰ ਨੁਕਸਾਨ ਆ ਜਾਂਦਾ। ਮੇਰੀ ਜਾਨ ਹਰ ਚੀਜ਼ ਮੁੱਲ ਦੀ ਨਹੀਂ ਨਾ ਲਈਦੀ, ਗੋਲਡ ਗਿਫਟਡ ਚੀਜ਼ਾਂ ਦੇ ਨਾਲ ਵੀ ਜਿਹੜਾ ਨਾ ਬੱਚਤਾਂ ਹੋ ਸਕਦੀਆਂ। ਦੇਖੋ ਕੁੱਕੜੀਆਂ ਨੂੰ ਸ਼ਰੀਂਪ ਆਇਆ, ਬਹੁਤ ਅੱਛੇ ਤਰੀਕੇ ਨਾਲ ਖਾ ਰਹੇ ਹਾਂ, ਉੱਪਰੇ ਬਕੈਣ ਪਾਈ ਹੋਈ ਆ ਉਹ ਖਾ ਰਹੇ ਹਾਂ। ਇਹ ਸੁੱਕੇ ਪੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਖਾਂਦੀਆਂ, ਬਿਸਕਵਰਾ ਖਾਂਦੀਆਂ। ਅਤੇ ਫਿਰ ਸ਼ਾਮ ਨੂੰ ਜਿਹੜਾ ਇਹ ਔਰਗੈਨਿਕ ਅਤੇ ਇਹ ਖੁਰਾਕ ਦਾ ਆਪਾਂ ਲਾਈਦਾ ਇਹਨਾਂ ਨੂੰ ਛੱਟਾ, ਮਾਸ਼ਾਅੱਲਾ ਕੁਬੜ ਦੇ ਦੀਆਂ ਅਤੇ ਸਵੇਰੇ ਸਵੇਰੇ ਤੜਕੇ ਤੜਕੇ ਆਂਡੇ ਚੱਕੀ ਦੇ ਆ ਅਤੇ ਉਹ ਫਿਰ ਆਪਣੇ ਮੁਹੱਲੇ 'ਚ ਹੀ ਵੰਡ ਹੋ ਜਾਂਦੇ, ਇੰਨੇ ਜ਼ਿਆਦਾ ਤਾਂ ਹੁੰਦੇ ਅਤੇ ਆਂਡਾ ਵੀ 50 ਰੁਪਏ ਦਾ। ਵੈਸੇ ਤੁਸੀਂ ਦੱਸਣਾ 2024 ਦੇ ਵਿੱਚ ਇਸ ਸੀਜ਼ਨ 'ਚ ਸਰਦੀਆਂ ਦੇ ਵਿੱਚ ਤੁਹਾਡੇ ਇਲਾਕੇ 'ਚ ਕਿੰਨੇ ਦਾ ਆਂਡਾ ਮਿਲਿਆ ਫਾਰਮਿੰਗ ਔਰ ਦੇਸੀ? ਲਵ ਯੂ ਸਾਰੇ ਦੋਸਤਾਂ ਨੂੰ, ਅਤੇ ਚੈੱਕ ਕਰੋ। ਚਾਚੂ ਜੀ ਕਬੂਤਰ ਆਪਣੀ ਕਬੂਤਰ ਆਪਣੇ ਬੱਚਿਆਂ ਨੂੰ ਪਹਿਲੀ ਖੁਰਾਕ ਕਿਹੜੀ ਦਿੰਦੇ ਆ? ਮੇਰੀ ਜਾਨ ਕਬੂਤਰ ਜਿਹੜਾ ਪਹਿਲਾ ਚੋਗ ਦਿੰਦੇ ਆ ਨਾ ਉਹ ਹਵਾ ਮਿੱਟੀ ਪਾਣੀ ਦਾ ਮਿਕਸਚਰ ਦਿੰਦੇ ਹੁੰਦੇ ਆ, ਅਤੇ ਕੁਛ ਦੋਸਤ ਉਸਨੂੰ ਦੁੱਧ ਵੀ ਕਹਿ ਲੈਂਦੇ ਆ। ਮਤਲਬ ਪੇਸਟ ਹੁੰਦਾ ਜਿਹੜੀ ਮਾਦਾ ਆਂਡੇ 'ਚੋਂ ਬੱਚਾ ਨਿਕਲਣ ਤੋਂ ਪਹਿਲੇ 3 ਦਿਨ ਉਹ ਆਪਣੇ ਪੇਟ ਦੇ ਆਪਣਾ ਇਹਦੇ ਅੰਦਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਮੂੰਹ ਦੇ ਵਿੱਚ, ਉਹੀ ਖੁਰਾਕ ਦਿੰਦੀ ਆ ਉਹਨੂੰ ਮਤਲਬ 2 ਜਾਂ 3 ਦਿਨ। ਔਰ 3 ਦਿਨ ਐਂਡ ਵਾਲੇ ਕਬੂਤਰ ਬੱਚਿਆਂ ਦੇ ਉੱਤੇ ਜ਼ਿਆਦਾ ਬਹਿੰਦਾ ਜਾਂ ਮਾਦਾ, ਇਹ ਦੋਸਤਾਂ ਨੇ ਕਮੈਂਟ ਕਰਕੇ ਦੱਸਣਾ। ਲਵ ਯੂ।